ਯੂਟਿਊਬਰ ਹੈ ਜਿਹਦਾ ਇਹ ਕਹਿਣਾ ਹੈ ਕਿ ਜਿਹੜੇ ਕੇਸ ਮੈਂ ਫਾਈਲ ਕੀਤੇ ਨੇ ਉਹ ਝੂਠੇ ਨੇ। ਚੱਲਦੇ ਕੇਸ ਦੇ ਵਿੱਚ ਉਹ ਮੇਰਾ ਨੇਮ ਫੇਸ ਆਈਡੀ ਦਿਖਾ ਕੇ ਲਗਾਤਾਰ ਮੈਨੂੰ ਡੀਫੇਮ ਕਰ ਰਹੀ ਹੈ। 228 ਏ ਦਾ ਵਾਇਲੇਸ਼ਨ ਹੈ। 10 ਲੱਖ ਦੀ ਉਹਨੇ ਮੇਰੇ ਤੋਂ ਐਕਸਟੋਰਸ਼ਨ ਮਨੀ ਮੰਗੀ ਸੀ ਸੈਕਟਰ 8 ਚੰਡੀਗੜ੍ਹ 'ਚ ਇੱਕ ਐਡਵੋਕੇਟ ਦੇ ਦੁਆਰਾ। ਅਜੇ ਤੱਕ ਮੈਨੂੰ ਕੋਈ ਵੀ ਇਨਸਾਫ ਨਹੀਂ ਮਿਲਿਆ, ਨਾ ਕੋਈ FIR ਦਰਜ ਹੈ, ਨਾ ਕੋਈ ਇਹਦੇ 'ਤੇ ਫਰਦਰ ਕਾਰਵਾਈ ਹੋ ਰਹੀ ਹੈ। SHO ਗੁਰਿੰਦਰ ਸਿੰਘ, ਉਹਨਾਂ ਦਾ ਇਹੀ ਕਹਿਣਾ ਹੈ ਕਿ ਤੁਹਾਡੀ ਫਾਈਲ ਕਮਿਸ਼ਨਰ ਸਾਹਿਬ ਦੇ ਕੋਲ ਹੈ, ਕਮਿਸ਼ਨਰ ਸਾਹਿਬ ਸਾਨੂੰ ਆਰਡਰ ਕਰਨਗੇ ਅਤੇ ਅਸੀਂ ਅੱਜ ਕਾਰਵਾਈ ਕਰ ਦਈਏ। ਅਜੇ ਤੱਕ ਕਿਸੇ ਵੱਲੋਂ ਵੀ ਕੋਈ ਤਸੱਲੀ ਬਖਸ਼ ਜਵਾਬ ਨਹੀਂ ਕਿ ਜੇ FIR ਨਹੀਂ ਤਾਂ ਕਾਰਵਾਈ ਕਿਸ ਚੀਜ਼ 'ਤੇ ਚੱਲ ਰਹੀ ਹੈ, ਬਿਨਾਂ ਪਰਚੇ ਤੋਂ ਤੁਸੀਂ ਕਿਹੜੀ ਕਾਰਵਾਈ ਕਰ ਰਹੇ ਹੋ। ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ, ਫਿਰ ਫਾਈਲ ਲਈ ਮੇਰੇ ਕੋਲ ਹੋਰ ਕੋਈ ਆਪਸ਼ਨ ਨਹੀਂ ਸੀ। ਮੈਂ CP ਸਾਹਿਬ ਦੀ ਕੋਠੀ ਦੇ ਬਾਹਰ ਆ ਕੇ ਧਰਨਾ ਪ੍ਰਦਰਸ਼ਨ ਕੋਲ ਸ਼ੁਰੂ ਕੀਤਾ। ਸਰ 62 ਕੰਪਲੇਂਟ ਨੰਬਰਸ ਬਣ ਚੁੱਕੇ ਨੇ। 1.5 ਸਾਲ ਤੋਂ ਮੈਂ ਲਗਾਤਾਰ ਕੰਪਲੇਂਟਸ ਦੇ ਰਹੀ ਹਾਂ। ਮੇਰਾ 228 ਏ ਦਾ ਮੈਟਰ ਹੈ ਮੇਨਲੀ, ਜਿਹੜਾ ਦੀਪਿਕਾ ਨਾਰਾਇਣ ਭਾਰਦਵਾਜ ਨਾਮ ਦੀ ਇੱਕ ਯੂਟਿਊਬਰ ਹੈ ਜਿਹਦਾ ਇਹ ਕਹਿਣਾ ਹੈ ਕਿ ਜਿਹੜੇ ਕੇਸ ਮੈਂ ਫਾਈਲ ਕੀਤੇ ਨੇ ਉਹ ਝੂਠੇ ਨੇ। ਕ੍ਰਾਈਮ ਅਗੇਂਸਟ ਵਿਮੈਨ ਦੇ ਕੇਸਿਸ ਨੇ ਔਰ ਇਹ ਪੈਂਡਿੰਗ ਨੇ CGM ਕੋਰਟ ਗੁੜਗਾਉਂ ਦੇ ਵਿੱਚ। ਚੱਲਦੇ ਕੇਸ ਦੇ ਵਿੱਚ ਉਹ ਮੇਰਾ ਨੇਮ ਫੇਸ ਆਈਡੀ ਦਿਖਾ ਕੇ ਲਗਾਤਾਰ ਮੈਨੂੰ ਡੀਫੇਮ ਕਰ ਰਹੀ ਹੈ। 228 ਏ ਦਾ ਵਾਇਲੇਸ਼ਨ ਹੈ। 10 ਲੱਖ ਦੀ ਉਹਨੇ ਮੇਰੇ ਤੋਂ ਐਕਸਟੋਰਸ਼ਨ ਮਨੀ ਮੰਗੀ ਸੀ ਸੈਕਟਰ 8 ਚੰਡੀਗੜ੍ਹ 'ਚ ਇੱਕ ਐਡਵੋਕੇਟ ਦੇ ਦੁਆਰਾ। ਅਜੇ ਤੱਕ ਮੈਨੂੰ ਕੋਈ ਵੀ ਇਨਸਾਫ ਨਹੀਂ ਮਿਲਿਆ, ਨਾ ਕੋਈ FIR ਦਰਜ ਹੈ, ਨਾ ਕੋਈ ਇਹਦੇ 'ਤੇ ਫਰਦਰ ਕਾਰਵਾਈ ਹੋ ਰਹੀ ਹੈ। ਲਗਾਤਾਰ ਮੈਨੂੰ ਜਿਹੜੇ ਡਿਊਟੀ ਆਫਿਸਰਸ ਨੇ SHO ਗੁਰਿੰਦਰ ਸਿੰਘ ਅਤੇ ਇਹਨਾਂ ਤੋਂ ਪਹਿਲੇ ਜਿਹੜੇ SHO ਸੀ, ਉਹਨਾਂ ਦਾ ਇਹੀ ਕਹਿਣਾ ਹੈ ਕਿ ਤੁਹਾਡੀ ਫਾਈਲ ਕਮਿਸ਼ਨਰ ਸਾਹਿਬ ਦੇ ਕੋਲ ਹੈ, ਕਮਿਸ਼ਨਰ ਸਾਹਿਬ ਸਾਨੂੰ ਆਰਡਰ ਕਰਨਗੇ ਅਤੇ ਅਸੀਂ ਅੱਜ ਕਾਰਵਾਈ ਕਰ ਦਈਏ। ਹੁਣ ਇਹ ਕਮਿਸ਼ਨਰ ਸਾਹਿਬ ਨੂੰ ਮੈਂ ਪਰਸਨਲੀ ਵੀ ਮਿਲ ਚੁੱਕੀ ਹਾਂ, 3-4 ਵਾਰ ਮੈਂ ਪਰਸਨਲੀ ਮਿਲੀ ਹਾਂ। ਮੇਰੀ ਕੰਪਲੇਂਟ ਮਾਰਕ ਹੋਈ ਸੀ ਮੈਡਮ ਪਰਵਿੰਦਰ ਕੌਰ ਨੂੰ ADCP, ਉਸ ਤੋਂ ਬਾਅਦ ਮਾਰਕ ਹੁੰਦੀ ਹੈ DCP ਪ੍ਰਗਿਆ ਜੈਨ ਨੂੰ, ਫਿਰ ਉਸ ਤੋਂ ਬਾਅਦ ਮਾਰਕ ਹੁੰਦੀ ਹੈ ADCP ਹਰਕਮਲ ਮੈਡਮ ਨੂੰ। ਪਰ ਅਜੇ ਤੱਕ ਕਿਸੇ ਵੱਲੋਂ ਵੀ ਕੋਈ ਤਸੱਲੀ ਬਖਸ਼ ਜਵਾਬ ਨਹੀਂ ਕਿ ਜੇ FIR ਨਹੀਂ ਤਾਂ ਕਾਰਵਾਈ ਕਿਸ ਚੀਜ਼ 'ਤੇ ਚੱਲ ਰਹੀ ਹੈ, ਬਿਨਾਂ ਪਰਚੇ ਤੋਂ ਤੁਸੀਂ ਕਿਹੜੀ ਕਾਰਵਾਈ ਕਰ ਰਹੇ ਹੋ। ਜਿਹੜੀਆਂ ਵੀ ਰਿਕੁਆਇਰਮੈਂਟ ਸੀ ਉਹ ਮੈਂ ਸਾਰੀਆਂ ਪੂਰੀਆਂ ਕੀਤੀਆਂ। ਇਹਨਾਂ ਨੇ ਕਿਹਾ ਆਹ ਡਾਕੂਮੈਂਟ ਦਿਓ, ਮੈਂ ਉਹ ਦਿੱਤਾ। ਇਹਨਾਂ ਨੇ ਕਿਹਾ ਯੂਟਿਊਬ ਲਿੰਕ ਦਾ ਸਾਨੂੰ ਲਿੰਕ ਦਿਓ, ਮੈਂ ਉਹ ਵੀ ਦਿੱਤਾ। ਇਹਨਾਂ ਨੇ ਕਿਹਾ ਜੀ ਸਾਨੂੰ ਸਕਰੀਨਸ਼ੋਟ ਦਿਓ, ਮੈਂ ਸਾਰੇ ਸਕਰੀਨਸ਼ੋਟ ਇਹਨਾਂ ਨੂੰ ਪਾਏ। ਸਾਈਬਰ ਸੈੱਲ ਦੇ ਪਰਸਨਲ ਜਿਹੜਾ ਇਹਨਾਂ ਦਾ ਜਨਤਕ ਨੰਬਰ ਹੈਗਾ ਉਹਦੇ 'ਤੇ ਵੀ ਪਾਏ। ਈਮੇਲ ਕਰਤੇ ਇਹਨਾਂ ਨੂੰ, ਹਾਰਡ ਕਾਪੀ ਵੀ ਹੈ ਜਿਹੜੀ ਮੇਰੇ ਕੋਲ ਫਾਈਲ ਦੇਖ ਰਹੇ ਹੋ, ਸਾਰੀ ਹਾਰਡ ਕਾਪੀ ਫਾਈਲ ਮੈਂ ਕਮਿਸ਼ਨਰ ਦਫ਼ਤਰ ਵੀ ਦਿੱਤੀ ਹੋਈ ਹੈ। ਪਰ ਅਜੇ ਤੱਕ ਕੋਈ ਕਾਰਵਾਈ ਨਹੀਂ। ਜਦੋਂ ਇਹਨਾਂ ਨੇ ਬਾਰ ਬਾਰ ਮੈਨੂੰ ਬਹਾਨਾ ਦਿੱਤਾ ਕਿ DA ਲੀਗਲ ਦੇ ਓਪੀਨੀਅਨ ਦੀ ਸਾਨੂੰ ਲੋੜ ਹੈ, ਉਹਨਾਂ ਕੋਲ ਤੁਹਾਡੀ ਫਾਈਲ ਪੈਂਡਿੰਗ ਹੈ, ਉਹ ਸਾਨੂੰ ਕਹਿਣਗੇ ਤਾਂ ਅਸੀਂ ਕਰਨਾ। ਅੱਜ ਮੈਂ DA ਲੀਗਲ ਕੋਲ ਵੀ ਪਰਸਨਲੀ ਜਾ ਕੇ ਆਈ ਹਾਂ, ਉਹਨਾਂ ਦਾ ਕਹਿਣਾ ਕਿ ਮੇਰੇ ਕੋਲ ਕੋਈ ਫਾਈਲ ਨਹੀਂ, ਜੇ ਹੁੰਦੀ ਵੀ ਤਾਂ ਮੈਂ 7 ਦਿਨ ਤੋਂ ਵੱਧ ਆਪਣੀ ਫਾਈਲ ਨਹੀਂ ਰੱਖਦਾ ਪੈਂਡਿੰਗ। ਇਹੀ ਗੱਲ DCP ਇਨਵੈਸਟੀਗੇਸ਼ਨ ਨੇ ਹਰਪ੍ਰੀਤ ਸਿੰਘ ਮੰਡੇਰ, ਉਹਨਾਂ ਦਾ ਕਹਿਣਾ ਸੀ, ਉਹਨਾਂ ਨੂੰ ਵੀ ਮੈਂ ਆਪਣਾ ਸਾਰਾ ਜਦੋਂ ਇਹ ਦਿਖਾਈ ਕੰਪਲੇਂਟ ਦੀ ਕਾਪੀ ਐਂਡ ਐਵਰੀਥਿੰਗ, ਉਹਨਾਂ ਦਾ ਵੀ ਕਹਿਣਾ ਹੈ ਕਿ ਪਰਚਾ ਦਰਜ ਹੋਣਾ ਚਾਹੀਦਾ। ਜੇ ਹੋਣਾ ਚਾਹੀਦਾ ਤਾਂ ਫਿਰ ਹੋ ਕਿਉਂ ਨਹੀਂ ਰਿਹਾ, ਇਹੀ ਕੁਐਸਚਨ ਹੈ। ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਲੱਗਦਾ ਵਿਚਕਾਰ ਗਲਤ ਕੌਣ ਆ? ਗਲਤ ਸਰ ਪ੍ਰੈਸ਼ਰ ਹੈ SHO ਦੇ ਉੱਤੇ, ਸੈਕਿੰਡ ਪਾਰਟ ਜਿਹੜੀ ਓਪੋਜ਼ਿਟ ਪਾਰਟੀ ਹੈ ਉਹਨਾਂ ਦਾ ਪ੍ਰੈਸ਼ਰ ਹੈ, ਕੋਈ ਉਹਨਾਂ ਦੇ ਰਾਜਨੀਤਿਕ ਦਬਾਅ ਨੇ ਜਾਂ ਕੀ ਹੈ ਮੈਨੂੰ ਨਹੀਂ ਪਤਾ, ਬਟ ਲਗਾਤਾਰ ਇਹ ਜਿਹੜਾ ਪ੍ਰੈਸ਼ਰ ਹੈ ਮੇਰੇ ਉੱਤੇ ਵੀ ਬਣਾਇਆ ਜਾ ਰਿਹਾ। ਮੇਰੇ ਉੱਤੇ ਝੂਠੇ ਕੇਸ ਫਾਈਲ ਕੀਤੇ ਗਏ, ਹਾਈਕੋਰਟ ਵੱਲੋਂ 2 FIR ਸਟੇਅ ਨੇ, IU ਨੂੰ ਉਹਦੇ 'ਚ ਡਿਊਟੀ ਬਾਊਂਡ ਕੀਤਾ ਗਿਆ ਬੁਲਾ ਕੇ ਉਹਨੂੰ ਪੁੱਛਣ ਲਈ ਕਿ ਤੂੰ ਇਹ FIR ਕਿਹੜੇ ਕਾਰਨਾਂ ਕਰਕੇ ਦਰਜ ਕੀਤੀ। ਉਹਨੂੰ ਡਿਊਟੀ ਬਾਊਂਡ ਕੀਤਾ, ਉਹਦੇ ਉੱਤੇ ਕ੍ਰਿਮੀਨਲ ਐਕਸ਼ਨ ਦੀ ਵੀ ਕੰਪਲੇਂਟ ਪੈਂਡਿੰਗ ਹੈ, ਜੱਜ ਸਾਹਿਬ ਨੇ ਉਹਨੂੰ ਨੋਟਿਸ ਕੀਤਾ ਹੋਇਆ ਰਿਪਲਾਈ ਦੇਣ ਦੇ ਲਈ।
ਇਸ ਤੋਂ ਇਲਾਵਾ ਪੁਲਿਸ ਮੇਰੇ 'ਤੇ ਕਿਵੇਂ ਪ੍ਰੈਸ਼ਰ ਬਣਾਉਂਦੀ ਹੈ ਕਿ 14 ਮਾਰਚ 2024 ਨੂੰ ਮੇਰੇ ਘਰ 70-80 ਮੁਲਾਜ਼ਮ, ਮੈਂ ਇਕੱਲੀ ਜਨਾਨੀ ਆਪਣੇ ਘਰ 'ਚ 70-80 ਮੁਲਾਜ਼ਮ ਭੇਜ ਕੇ ਮੇਰਾ ਸਪੀਕਰ ਦੇ ਉੱਤੇ ਨਾਮ ਬੋਲਿਆ ਜਾਂਦਾ ਹੈ ਕਿ ਪ੍ਰਸ਼ਾਸਨ ਤੁਹਾਨੂੰ ਮਿਲਣ ਆਇਆ, ਆ ਕੇ ਤੁਸੀਂ ਗੱਲ ਕਰੋ। ਹੁਣ ਮੈਂ ਪ੍ਰਸ਼ਾਸਨ ਦੇ ਬੂਹੇ 'ਤੇ ਖੜੀ ਹਾਂ, ਲੇਕਿਨ ਪ੍ਰਸ਼ਾਸਨ ਮੇਰੇ ਨਾਲ ਗੱਲ ਨਹੀਂ ਕਰ ਰਿਹਾ। ਬਟ ਮੇਰੇ ਮਹੱਲੇ 'ਚ ਮੈਨੂੰ ਬਦਨਾਮ ਕਰਨ ਲਈ 70-80 ਮੁਲਾਜ਼ਮ ਅਤੇ ਇੰਨੀਆਂ ਗੱਡੀਆਂ ਭੇਜ ਕੇ ਉੱਥੇ ਦਹਿਸ਼ਤ ਕ੍ਰੀਏਟ ਕੀਤੀ ਗਈ ਤਾਂ ਕਿ ਮਹੱਲੇ 'ਚੋਂ ਕੋਈ ਬੰਦਾ ਇਹਦੇ ਨਾਲ ਨਾ ਤੁਰੇ। ਫਿਰ ਉਸ ਤੋਂ ਬਾਅਦ ਜਦੋਂ ਮੈਂ ਧਰਨਾ ਪ੍ਰਦਰਸ਼ਨ ਕੀਤਾ 5 ਦਿਨ CP ਦਫ਼ਤਰ ਦੇ ਬਾਹਰ, 8 ਤਰੀਕ ਤੋਂ ਮੈਂ ਸ਼ੁਰੂ ਕੀਤਾ ਸੀ, ਮੈਂ ਦਿਨ ਰਾਤ 24 ਘੰਟੇ ਉੱਥੇ ਭੁੱਖ ਹੜਤਾਲ 'ਤੇ ਬੈਠੀ ਰਹੀ, ਪਰ ਮੈਨੂੰ ਕੋਈ ਇਨਸਾਫ਼ ਨਹੀਂ ਮਿਲਿਆ। CP ਸਾਹਿਬ ਨਾ ਆ ਕੇ ਮੇਰੇ ਨਾਲ ਗੱਲ ਕੀਤੀ, ਨਾ ਕਿਸੇ DCP ਨੇ ਗੱਲ ਕੀਤੀ, ਨਾ ਕਿਸੇ DC ਨੇ ਗੱਲ ਕੀਤੀ। ਸੜਕ 'ਤੇ ਮੈਂ ਰਾਤ ਨੂੰ ਸੌਂ ਸੌਂ ਕੇ, ਮੇਰਾ ਫੇਸ ਦੇਖੋ ਪੂਰੀ, ਮੇਰੇ 'ਤੇ ਸਕਿਨ ਐਲਰਜੀ ਹੋ ਰੱਖੀ ਹੈ ਮੈਨੂੰ। ਉਸ ਤੋਂ ਬਾਅਦ ਵੀ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਫਿਰ ਫਾਈਨਲੀ ਮੇਰੇ ਕੋਲ ਹੋਰ ਕੋਈ ਆਪਸ਼ਨ ਨਹੀਂ ਸੀ, ਮੈਂ CP ਸਾਹਿਬ ਦੀ ਕੋਠੀ ਦੇ ਬਾਹਰ ਆ ਕੇ ਧਰਨਾ ਪ੍ਰਦਰਸ਼ਨ ਕੋ ਸ਼ੁਰੂ ਕੀਤਾ। ਇਹ ਮੇਰਾ 3ਰਾ ਦਿਨ ਹੈ। 2 ਵਾਰ SHO ਮਜੀਠਾ ਰੋਡ ਮੈਨੂੰ ਜਿਹੜੀ ਗੱਡੀ ਹੁੰਦੀ ਇਹਨਾਂ ਦੀ PCR, ਉਹਦੇ 'ਚ ਮੈਨੂੰ ਥਾਣਾ ਇਸਲਾਮਾਬਾਦ ਲੈ ਕੇ ਜਾਂਦੇ ਨੇ। ਉਹ SHO ਸਾਹਿਬ ਲਿਖ ਕੇ ਦਿੰਦੇ ਨੇ ਵੀ ਮੈਂ ਕਾਰਵਾਈ ਸਵੇਰੇ ਕਰੂੰਗਾ, ਪਰ ਉਹ ਸਵੇਰੇ ਫਿਰ ਡਿਕਲਾਈਨ ਕਰ ਦਿੰਦੇ ਨੇ। ਕੱਲ੍ਹ ਫਿਰ ਇਸੇ ਉਮੀਦ ਨਾਲ ਮੈਂ ਥਾਣਾ ਇਸਲਾਮਾਬਾਦ ਗਈ ਕਿ ਇਹ ਕਾਰਵਾਈ ਕਰਨਗੇ, ਇਹਨਾਂ ਨੇ ਫਿਰ ਡਿਕਲਾਈਨ ਕਰਤਾ। ਅੱਜ ਫਿਰ ਜਦੋਂ ਮੈਂ ਉੱਥੇ ਕਾਰਵਾਈ ਲਈ ਗਈ, ਕਿਉਂਕਿ ਅੱਜ ਦਾ ਇਹਨਾਂ ਨੇ ਫਾਈਨਲ ਅਪੋਰਚੁਨਿਟੀ ਦਿੱਤੀ ਸੀ, ਅੱਜ ਜਦੋਂ ਮੈਂ ਫਿਰ ਕਾਰਵਾਈ ਦੀ ਉਮੀਦ 'ਚ ਥਾਣਾ ਇਸਲਾਮਾਬਾਦ ਗਈ, ਉਹਨਾਂ ਨੇ ਫਿਰ ਇਹੀ ਜਵਾਬ ਦਿੱਤਾ ਕਿ ਤੁਹਾਡੀ ਫਾਈਲ ਸਵੇਰ ਕਦੀ ਨਹੀਂ ਹੋਈ, ਅੰਧੇਰਾ ਹੀ ਹੈ ਅਜੇ ਤੱਕ। ਹਾਂਜੀ, ਇੱਥੇ ਮੈਂ CP ਸਾਹਿਬ ਦੀ ਕੋਠੀ ਦੇ ਬਾਹਰ ਖੜ੍ਹੀ ਹਾਂ, ਔਰ ਪਹਿਲੇ ਵੀ 2 ਵਾਰ ਆ ਚੁੱਕੀ ਹਾਂ। ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਥਾਣਾ ਮਜੀਠਾ ਰੋਡ ਤੋਂ SHO ਆਉਂਦੇ ਨੇ, ਉਹਨਾਂ ਨੇ ਥਾਣਾ ਇਸਲਾਮਾਬਾਦ ਨਾਲ ਗੱਲਬਾਤ ਕੀਤੀ, ਉੱਥੇ ਮੈਨੂੰ ਛੱਡਿਆ ਵੀ ਲੋਕੇਸ਼ਨ 'ਤੇ, ਪਰ ਫਿਰ ਵੀ ਕੋਈ ਕਾਰਵਾਈ ਅਜੇ ਤੱਕ ਨਹੀਂ ਹੋਈ। ਦੇ ਬਾਹਰ ਤੁਸੀਂ ਖੜ੍ਹੇ ਹੋ ਜੀ, ਪੁਲਿਸ ਕਮਿਸ਼ਨਰ ਵੱਲੋਂ ਜਾਂ ਕਿਸੇ ਮੁਲਾਜ਼ਮ ਨੇ ਤੁਹਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ? ਨਹੀਂ ਸਰ, ਮੇਰੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਜਿੱਦਣ ਮੈਂ ਪਹਿਲੇ ਦਿਨ ਵੀ ਆਈ ਸੀ, ਮੈਂ ਇਹਨਾਂ ਨੂੰ ਕਿਹਾ ਕਿ CP ਸਾਹਿਬ ਤੱਕ ਮੇਰਾ ਮੈਸੇਜ ਪਹੁੰਚਾਓ, ਪਰ ਸਟਾਫ ਨੇ ਮੈਸੇਜ ਪਤਾ ਨਹੀਂ ਮੈਨੂੰ ਪਹੁੰਚਾਇਆ ਕਿ ਨਹੀਂ ਪਹੁੰਚਾਇਆ, ਲੇਕਿਨ ਗੱਡੀ ਬੁਲਾ ਕੇ ਮੈਨੂੰ ਇੱਥੋਂ ਕਿਹਾ ਗਿਆ ਕਿ ਤੁਸੀਂ ਇੱਥੇ ਨਹੀਂ ਬੈਠ ਸਕਦੀ, ਇੱਥੋਂ ਹਟੋ। ਜਦੋਂ ਕਿ ਧਰਨਾ ਕਰਨਾ ਹਰੇਕ ਬੰਦੇ ਦਾ ਕੌਨਸਟੀਟਿਊਸ਼ਨਲ ਰਾਈਟ ਹੈ, ਤੁਸੀਂ CM ਦੀ ਕੋਠੀ ਦੇ ਬਾਹਰ ਵੀ ਬਹਿ ਸਕਦੇ ਹੋ, ਕਮਿਸ਼ਨਰ ਦੀ ਕੋਠੀ ਦੇ ਬਾਹਰ ਵੀ ਬਹਿ ਸਕਦੇ ਹੋ, ਜਿਹੜਾ ਵੀ ਅਧਿਕਾਰੀ ਤੁਹਾਡੀ ਕਾਰਵਾਈ ਨਹੀਂ ਕਰਦਾ ਉਹਦੀ ਕੋਠੀ ਦੇ ਬਾਹਰ ਧਰਨਾ ਲਾਉਣ ਦਾ ਹਰੇਕ ਨਾਗਰਿਕ ਨੂੰ ਪੂਰਾ ਅਧਿਕਾਰ ਹੈ। ਨਹੀਂ, ਹੁਣ ਇਹਨਾਂ ਵੱਲੋਂ ਕਿਹਾ ਗਿਆ ਵੀ SHO ਨੂੰ ਸੱਦਿਆ ਗਿਆ ਵੀ SHO ਆ ਰਹੇ ਨੇ, ਕਹਿ ਰਹੇ ਨੇ ਇੱਦਾਂ, ਪਰ ਅਜੇ ਤੱਕ ਤਾਂ ਕੋਈ ਨਹੀਂ ਪਹੁੰਚਿਆ, ਕਹਿ ਰਹੇ ਨੇ। ਔਰ ਮੇਰੀ ਵੀ SHO ਮਜੀਠਾ ਰੋਡ ਨਾਲ ਗੱਲ ਹੋਈ ਸੀ, ਮੈਂ ਉਹਨਾਂ ਨੂੰ ਆਉਣ ਤੋਂ ਪਹਿਲੇ ਇਨਫੋਰਮ ਕੀਤਾ ਸੀ ਕਿ ਸਰ ਤੁਸੀਂ ਮੈਨੂੰ 2 ਵਾਰੀ ਕਿਹਾ ਸੀ, ਔਰ ਤੁਹਾਡੇ ਕਹਿਣ 'ਤੇ ਤੁਹਾਡਾ ਰਿਗਾਰਡ ਕਰਕੇ ਮੈਂ ਆਪਣਾ ਧਰਨਾ ਇੱਥੋਂ ਚੁੱਕਿਆ ਸੀਗਾ, ਪਰ ਹੁਣ ਮੇਰੀ ਕੰਪਲੇਂਟ 'ਤੇ ਕੋਈ ਕਾਰਵਾਈ ਨਹੀਂ ਹੋਈ, ਫਰਦਰ ਮੇਰੇ ਕੋਲ ਕੋਈ ਆਪਸ਼ਨ ਨਹੀਂ ਹੈ, ਮੈਂ ਆਪਣਾ ਧਰਨਾ ਦੁਬਾਰਾ ਕੰਟੀਨਿਊ ਕਰ। ਹੋ ਗਈ ਹੈ ਇਹਨਾਂ ਦੀ ਗੱਲਬਾਤ, ਹੋ ਗਈ ਆ, ਖੁਦ ਕਰਵਾਈ ਆ। ਹਾਂ, ਥੋੜ੍ਹਾ ਜਿਹੜਾ ਚਲੋ ਮਾੜੀ ਪੇਸ਼ੈਂਸ ਚਾਹੀਦੀ ਬੰਦੇ ਨੂੰ ਆਪਣਾ, ਠੀਕ ਆ, CP ਸਾਹਿਬ ਸਭ ਦੀ ਗੱਲ ਸੁਣਦੇ ਆ, ਔਰ ਸਾਡੇ ਕੋਲ ਹਜ਼ਾਰਾਂ ਮੁਕੱਦਮੇ ਚੱਲਦੇ ਪਏ ਆ, ਇਹਦੀ ਕੰਪਲੇਂਟ ਅਸੀਂ ਲੈ ਕੇ ਕਾਰਵਾਈ ਕਰਦੇ ਹਾਂ, ਸਾਡੇ ਕੋਈ ਉਹ ਨਹੀਂ, ਕੋਈ ਫਰਕ ਨਹੀਂ ਪੈਂਦਾ, ਕੋਈ ਜਸਟ ਇੰਨਾ ਹੀ ਪ੍ਰੋਸੀਜਰ ਹੁੰਦਾ ਹਰ ਚੀਜ਼ ਦਾ। ਉਹਨੇ ਮੈਂ ਕਈ ਵਾਰੀ ਵੱਡੇ ਅਧਿਕਾਰੀਆਂ ਨੂੰ ਵੀ ਮਿਲੀ ਆ, ਪਰ ਮੇਰੀ ਕਿਤੇ ਵੀ ਸੁਣਵਾਈ ਨਹੀਂ ਹੋਈ। ਇਹ ਇੱਦਾਂ ਨਹੀਂ ਹੋ ਸਕਦਾ ਕਿਤੇ ਵੀ, ਆਪਣੇ ਅਫਸਰ ਸਾਡੇ ਹਰੇਕ ਦੀ ਗੱਲ ਸੁਣ ਲਈ ਬੈਠੇ ਆ। ਕੋਈ ਚੀਜ਼ ਹੁੰਦੀ ਕਿਸੇ ਨੂੰ, ਕਈ ਵਾਰੀ ਆਪਾਂ ਨੂੰ ਵੈਰੀਫਾਈ ਕਰਨਾ, ਕੰਪਲੇਂਟਸ ਜ਼ਿਆਦੀਆਂ ਸੀ ਇਹਦੀਆਂ, ਉਹਨਾਂ ਨੂੰ ਸਾਰਿਆਂ ਨੂੰ ਕਲੱਬ ਕਰਕੇ ਉਹਦੀ ਆਪਾਂ ਉਹਦੀ ਲੈ ਰਹੇ ਹਾਂ, ਰਾਏ ਲੈ ਕੇ ਕਰ ਦਿਆਂਗੇ ਕੰਮ। ਨਹੀਂ, ਇਹਨਾਂ ਵੱਲੋਂ ਕਿ 1.5 ਸਾਲ ਤੋਂ ਮੈਂ ਧੱਕੇ ਖਾ ਰਹੀ ਹਾਂ, ਪਰ ਮੇਰੀ ਕੋਈ ਸੁਣਵਾਈ ਨਹੀਂ। ਬ੍ਰਦਰ, ਮੈਂ ਤਾਂ ਹਾਲੇ ਹਫ਼ਤਾ ਹੋਇਆ ਸਾਨੂੰ ਆਇਆ, ਇੱਥੇ 10 ਦਿਨ ਹੋਇਆ ਇਹਨੂੰ, ਠੀਕ ਹੈ ਨਾ, ਉਹ ਦੇਖਾਂਗੇ ਕੀ ਹੈ ਕਿ ਨਹੀਂ। ਇਹਨਾਂ ਨੂੰ 100% ਨਿਆਂ ਮਿਲੂਗਾ, ਕੋਈ ਚੱਕਰ ਨਹੀਂ ਹੈਗਾ ਬ੍ਰਦਰ, ਇਹਦੀ ਕਾਰਵਾਈ ਹੋਊਗੀ, ਆਪਾਂ ਸੂਬਾ ਸਾਹਿਬ ਦੇ ਇਹਨਾਂ ਨੂੰ ਮਿਲਵਾ ਦਾਂਗੇ।